ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਣਕ ਵਿੱਚ ਤੇਲਾ, ਚੇਪਾ ਜਾਂ ਜਿਹੜੀ ਸੈਨਿਕ ਸੁੰਡੀ ਕਣਕ ਦੇ ਸਿੱਟਿਆਂ ਨੂੰ ਕੁਦਰਦੀ ਹੈ, ਉਸ ਦੇ ਜੇਕਰ ਤੁਹਾਡੇ ਖੇਤ ਵਿੱਚ ਲੱਛਣ ਮਿਲਦੇ ਹਨ, ਉਸ ਦੀ ਤੁਸੀਂ ਕਿਸ ਤਰ੍ਹਾਂ ਰੋਕਥਾਮ ਕਰਨੀ ਹੈ, ਤਾਂ ਸਾਰੀ ਵੀਡੀਓ ਐਂਡ ਤੱਕ ਜ਼ਰੂਰ ਦੇਖ ਲਿਓ ਜੀ। ਪੂਰੀ ਰੋਕਥਾਮ ਕਰਨ ਦੇ ਲਈ ਜਿਹੜੀਆਂ ਦਵਾਈਆਂ ਆਪਾਂ ਵਰਤ ਸਕਦੇ ਹਾਂ ਉਹਨਾਂ ਦੀ ਪ੍ਰੋਪਰ ਡੋਜ਼ ਤੁਹਾਨੂੰ ਦੱਸਾਂਗੇ। ਕਿਸਾਨ ਵੀਰਾਂ ਨੂੰ ਜ਼ਰੂਰੀ ਬੇਨਤੀ ਹੈ ਕਿ ਕਣਕ ਉੱਪਰ ਤੇਲਾ ਹੋਵੇ ਚਾਹੇ ਸੁੰਡੀ ਹੋਵੇ, ਤੁਸੀਂ ਮੋਨੋ ਸਪਰੇ ਦੀ ਬਿਲਕੁਲ ਵੀ ਵਰਤੋਂ ਨਹੀਂ ਕਰਨੀ, ਕਿਉਂਕਿ ਇਹ ਇਨਸੈਕਟੀਸਾਈਡ ਦੇ ਹਿਊਮਨ ਬੋਡੀ 'ਤੇ ਬਹੁਤ ਹੀ ਭਿਆਨਕ ਰਿਜ਼ਲਟ ਆਏ ਹਨ, ਅਤੇ ਪੰਜਾਬ ਸਰਕਾਰ ਨੇ ਵੀ ਹੁਣੇ ਬੈਨ ਕੀਤੀਆਂ 20 ਦਵਾਈਆਂ ਵਿੱਚ ਇਸ ਨੂੰ ਸ਼ਾਮਿਲ ਕੀਤਾ ਹੈ। ਇੱਕ ਗੱਲ ਹੋਰ ਸਾਰੇ ਕਿਸਾਨ ਵੀਰਾਂ ਨੂੰ ਕਹਿਣੀ ਚਾਹੁੰਦੇ ਹਾਂ ਕਿ ਆਪਣੇ ਖੇਤ ਦਾ ਤੁਸੀਂ ਹਰ ਰੋਜ਼ ਗੇੜਾ ਰੱਖੋ ਅਤੇ ਹਮੇਸ਼ਾ ਰੂਟ ਬਦਲ ਕੇ ਗੇੜਾ ਮਾਰੋ ਅਤੇ ਦੇਖਦੇ ਰਹੋ। ਸਭ ਤੋਂ ਪਹਿਲਾਂ ਜਿਹੜਾ ਤੇਲੇ ਦਾ ਅਟੈਕ ਬਾਹਰਲੀਆਂ ਵੱਟਾਂ, ਖਾਲਾਂ ਅਤੇ ਵੱਡੇ ਛਾਂਦਾਰ ਰੁੱਖਾਂ ਦੇ ਹੇਠਾਂ ਪਹਿਲਾਂ ਦੇਖਣ ਨੂੰ ਮਿਲੇਗਾ। ਕਿਸਾਨ ਵੀਰੋ, 1-2 ਦੌਗੀਆਂ ਵਿੱਚ ਤੇਲਾ ਦਿਖਣ 'ਤੇ ਸਾਰੇ ਖੇਤ ਵਿੱਚ ਸਪਰੇਅ ਨਹੀਂ ਕਰਨੀ ਚਾਹੀਦੀ। ਸਿਰਫ ਦੌਗੀਆਂ ਵਿੱਚ ਹੀ ਸਪਰੇਅ ਕਰਨ ਦੇ ਨਾਲ ਤੇਲੇ ਦਾ ਅਟੈਕ ਰੋਕਿਆ ਜਾ ਸਕਦਾ ਹੈ। ਅੱਗੇ ਵੀਡੀਓ ਵਿੱਚ ਦੇਖੋ ਕਿ ਤੇਲੇ ਦਾ ਅਟੈਕ ਕਿਸ ਤਰ੍ਹਾਂ ਹੁੰਦਾ ਹੈ ਅਤੇ ਬੂਟੇ ਦਾ ਕਿੱਦਾਂ ਤੇਲਾ ਰਸ ਚੂਸਦਾ ਹੈ ਅਤੇ ਬੱਲੀਆਂ ਨੂੰ ਕਿਸ ਤਰ੍ਹਾਂ ਹੌਲੀ ਹੌਲੀ ਕਮਜ਼ੋਰ ਕਰਦਾ ਹੈ, ਇਸ ਵੀਡੀਓ ਵਿੱਚ ਦੇਖ ਸਕਦੇ ਹੋ। ਜਿਵੇਂ ਤੁਹਾਨੂੰ ਦੱਸਿਆ ਹੈ ਕਿ ਇਹ ਅਟੈਕ ਖੇਤ ਦੇ ਬਾਹਰਲੇ ਪਾਸੇ ਤੋਂ ਸ਼ੁਰੂ ਹੁੰਦਾ ਹੈ ਜਾਂ ਦਰੱਖਤਾਂ ਹੇਠਾਂ ਸ਼ੁਰੂ ਹੁੰਦਾ ਹੈ। ਇਹ ਬੂਟਾ ਸਾਨੂੰ ਆਪਣੇ ਖੇਤ ਵਿੱਚ ਮਿਲਿਆ ਹੈ, ਤੁਸੀਂ ਦੇਖ ਸਕਦੇ ਹੋ ਕਿ ਇੱਕ ਬੂਟੇ ਨੂੰ ਬਹੁਤ ਹੀ ਜ਼ਿਆਦਾ ਤੇਲਾ ਲੱਗਾ ਹੋਇਆ ਹੈ ਅਤੇ ਰਸ ਚੂਸ ਰਿਹਾ ਹੈ। ਇਸ ਦੀ ਹਾਲਤ ਜੇਕਰ ਤੁਹਾਨੂੰ ਆਪਣੇ ਖੇਤ ਵਿੱਚ ਮਿਲਦੀ ਹੈ ਤਾਂ ਤੁਸੀਂ ਤੇਲੇ ਦੀ ਸਪਰੇਅ ਬਿਲਕੁਲ ਕਰ ਸਕਦੇ ਹੋ। ਜਿਹੜੀ ਸਪਰੇਅ ਕਰਨੀ ਹੈ ਤੁਸੀਂ ਐਂਡ ਤੱਕ ਇਹ ਵੀਡੀਓ ਦੇਖ ਲਿਓ, ਸਾਰੀ ਪ੍ਰੋਪਰ ਡੋਜ਼ ਤੁਹਾਨੂੰ ਦੱਸੀ ਜਾਵੇਗੀ। ਮੈਂ ਆਪਣੇ ਵੀਰਾਂ ਨੂੰ ਇੱਕ ਰਿਕੁਐਸਟ ਵੀ ਕਰਨੀ ਚਾਹੁੰਦਾ ਹਾਂ ਕਿ ਦੁਕਾਨਦਾਰਾਂ ਦੇ ਮਗਰ ਲੱਗ ਕੇ ਮੋਨੋ, ਟ੍ਰਾਈਜੋਫਾਸ ਜਾਂ ਲੈਮਡਾ ਦੀ ਵਰਤੋਂ ਨਾ ਕਰੋ, ਸਿਰਫ ਮਾਹਿਰਾਂ ਦੁਆਰਾ ਰਿਕਮੈਂਡ ਕੀਤੀਆਂ ਸਪਰੇਹਾਂ ਹੀ ਵਰਤੋ। ਤੇਲੇ ਦੀ ਰੋਕਥਾਮ ਲਈ ਤੁਸੀਂ ਸਪਰੇਅ ਕਰ ਸਕਦੇ ਹੋ ਅਮੀਡਾ ਕਲੋਰਪਿਡ 17.8 SL ਫਾਰਮੂਲੇਸ਼ਨ ਵਿੱਚ ਇਹ ਮਿਲਦੀ ਹੈ। ਇਸ ਦੀ ਡੋਜ਼ ਮਾਹਿਰਾਂ ਵੱਲੋਂ 40 ml ਪ੍ਰਤੀ 100 ਲੀਟਰ ਪਾਣੀ ਵਿੱਚ ਹੈ। ਇਸ ਦੀ ਵਰਤੋਂ ਕਰਕੇ ਤੁਸੀਂ ਤੇਲੇ ਨੂੰ ਖਤਮ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਕਟਾਰਾ ਵੀ ਵਰਤ ਸਕਦੇ ਹੋ। ਇਸ ਦੀ ਡੋਜ਼ 40 ਗ੍ਰਾਮ ਪ੍ਰਤੀ 100 ਲੀਟਰ ਪਾਣੀ ਹੈ, ਪਰ ਕੁਝ ਕਿਸਾਨ ਵੀਰਾਂ ਦਾ ਕਹਿਣਾ ਹੈ ਕਿ ਹੋਰ ਕੰਪਨੀਆਂ ਦਾ ਜੋ ਇਕਟਾਰਾ ਮਾਰਕੀਟ ਵਿੱਚ ਆਉਂਦਾ ਹੈ, ਕੰਪਨੀ ਦੇ ਨੁਮਾਇੰਦੇ 80 ਗ੍ਰਾਮ ਪ੍ਰਤੀ ਏਕੜ ਰਿਕਮੈਂਡ ਕਰ ਰਹੇ ਹਨ। ਇਸ ਤੋਂ ਇਲਾਵਾ ਜੇ ਤੁਹਾਨੂੰ ਆਪਣੇ ਖੇਤਾਂ ਵਿੱਚ ਕਿਸੇ ਪ੍ਰਕਾਰ ਦੀ ਸੁੰਡੀ ਦਿਖਦੀ ਹੈ ਤਾਂ ਇਸ ਦੀ ਰੋਕਥਾਮ ਲਈ DDP 200 ਗ੍ਰਾਮ ਪ੍ਰਤੀ 100 ਲੀਟਰ ਪਾਣੀ ਵਿੱਚ ਇਸ ਦੀ ਸਪਰੇਅ ਕਰ ਸਕਦੇ ਹੋ। ਕੋਈ ਵੀ ਕੁਐਸਚਨ ਹੋਵੇ ਹੇਠਾਂ ਕਮੈਂਟ ਕਰ ਸਕਦੇ ਹੋ। ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਅਤੇ ਹੋਰ ਕਿਸਾਨ ਵੀਰਾਂ ਨਾਲ ਵੱਧ ਤੋਂ ਵੱਧ ਫੇਸਬੁੱਕ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਿਓ ਜੀ। ਜੇਕਰ ਕੋਈ ਵੀਰ ਵੀਡੀਓ ਦੇਖਣ ਵਾਲਾ ਨਵਾਂ ਹੈ ਤਾਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਵੇ ਅਤੇ ਸਾਡੀਆਂ ਵੀਡੀਓਜ਼ 'ਤੇ ਨੋਟੀਫਿਕੇਸ਼ਨ ਸਿੱਧਾ ਆਪਣੇ ਫੋਨ 'ਤੇ ਪਾਉਣ ਲਈ ਬੈੱਲ ਆਈਕੋਨ 'ਤੇ ਕਲਿੱਕ ਜ਼ਰੂਰ ਕਰੇ।